ਗੁਮ ਗਦੀਰ ਤੇ ਦੱਸਿਆ ਸਾਕੂ ਓ ਨਬੀਆਂ ਦੇ ਸੁਲਤਾਨ ਅਲੀ ਜੀਆ ਕੋਈ ਨਹੀਂ ਰਾਜੀ ਬੈਠੋ ਬਾਈ ਮੈਂ ਨਾ ਕਰਾਂ ਮੌਲਾ ਤੁਹਾਨੂੰ ਵਸਦਿਆਂ ਰੱਖੇ ਰਾਜੀ ਹੋ ਨਾ ਸਾਰੇ ਮੌਲਾ ਦੀ ਕਸਮ ਮੈਂ ਇੱਕੋ ਕਸੀਦਾ ਪੜ੍ਹਨਾ ਆਈ ਸ਼ਾਹ ਜੀ ਦੀ ਆਮਦ ਵਿੱਚ ਬਸ ਇੱਕ ਸ਼ੇਰ ਹੋਰ ਪਿਆ ਪੜ੍ਹਦਾ ਸਲਵਾਤ ਪੜ੍ਹੋ ਮੇਰੇ ਮਖਦੂਮ ਹੁਸੈਨ ਦੀ ਰਾਤ ਨਹੀਂ ਡਰ ਵੀ ਲੱਗਦਾ ਜੇ ਮੈਂ ਥੋੜ੍ਹਾ ਪੜ੍ਹ ਕੇ ਲੈ ਉਸ ਤੱਕ ਨਾ ਪੀ ਲੈ ਸਨ ਸ਼ੇਰ ਪਿਆ ਪੜਦਾ ਮੁਹੰਮਦ ਦੇ ਐਲਾਨ ਤੋਂ ਬਾਅਦ ਜਿਹੜੀ ਜਿਹੜੀ ਸ਼ਾਇ ਨਜ਼ਰ ਆਉਂਦੀ ਗਈ ਪੁੱਛਦੇ ਗਏ ਮੈਂ ਤਾਂ ਕੋਈ ਅਲੀ ਜਿਹਾ ਡਿੱਠਾ ਉਹਨੇ ਇਸ ਇਲਾਕੇ ਵਾਲਿਓ ਮਾਰਫਤ ਦੇ ਵੀ ਬਾਦਸ਼ਾਹ ਹੋ ਤੇ ਚੁੱਪ ਦੇ ਵੀ ਸ਼ਹਿਨਸ਼ਾਹ ਹੋ ਜਿਹੜੀਆਂ ਜਿਹੜੀਆਂ ਚੀਜ਼ਾਂ ਤੇ ਸਵਾਲ ਕੀਤੇ ਉਹਨਾਂ ਦਾ ਜਵਾਬ ਜਨਾਬ ਦੀ ਨਜ਼ਰ ਕਰਨ ਲੱਗਾ ਦਸ਼ਤ ਜਬਲ ਅੰਜਮ ਤੂੰ ਪੁੱਛਿਆ ਸ਼ਜਰ ਹਜਰ ਤੂੰ ਓ ਦਸ਼ਤ ਜਬਲ ਅੰਜਮ ਤੂੰ ਮਿਹਨਤ ਜ਼ਮੀਨ ਤੇ ਨਾ ਮੰਜੇ ਖੁਸ਼ਕ ਉਤਰ ਤੂੰ ਸ਼ਮਸ ਕਮਰ ਤੂੰ ਪੁੱਛਿਆ ਬੈਰੋ ਬਰ ਤੂੰ ਬੋਲ ਪਿਆਨ ਸੱਤ ਜ਼ਮੀਨ ਓ ਨਾਲ ਸੱਤ ਅਸਮਾਨ ਅਲੀ ਜੀਆ ਕੋਈ ਨਹੀਂ ਹੈਦਰੀ ਯਾ ਅਲੀ ਥੋੜਾ ਜਿਹਾ ਅੱਗੇ ਚੱਲਣ ਦਿਓ ਜਿਤਨੇ ਵਲੀ ਉੱਲਨ ਜਿਨ੍ਹਾਂ ਦੀਆਂ ਕਬਰਾਂ ਤੇ ਜ਼ਮਾਨਾ ਪਿਆ ਝੁਕਦਾ ਏ ਤਸਵੁਰਾਤੀ ਦੁਨੀਆਂ ਚੁਣਾਂ ਦੀਆਂ ਮਜ਼ਾਰਾਂ ਤੇ ਮੈਂ ਪੁੱਛਿਆ ਮੱਥਾ ਤੁਸਾਂ ਕੋਈ ਅਲੀ ਜਿਹਾ ਡਿੱਠਾ ਹੋਵੇ ਯਾਰ ਬੜੇ ਦਾਨਾ ਬੰਦੇ ਬੈਠੋ ਔਰ ਮੂਸਾ ਖਾਨ ਬੜੇ ਖਲੂਸ ਨਾਲ ਇਹ ਤਮਾਮ ਕਰਦਾ ਮੁਹੰਮਦ ਦੀਦੀ ਨੂੰ ਵਸਦਿਆਂ ਰੱਖੇ ਅੱਲਾ ਇਹਨੂੰ ਮੁਲਕ ਦਾ ਜ਼ਾਕਿਰ ਬਣਾਏ ਔਰ ਇਨਸ਼ਾਅੱਲਾ ਨਾਮਰ ਜ਼ਾਕਿਰ ਜਿਹੜਿਆਂ ਜਿਹੜਿਆਂ ਵਲੀਆਂ ਤੇ ਸਵਾਲ ਕੀਤੇ ਸੁਣਵਾਵਾ ਸੈਮਨ ਦੇ ਸ਼ਾਹਬਾਜ ਤੂੰ ਪੁੱਛੇ ਖਾਜਾ ਅਜਮੇਰੀ ਤੂੰ ਸੋਨੇ ਦੀ ਕੀਮਤ ਸਰਾਬ ਪੈਂਦੇ ਸੈਵਨ ਦੇ ਸ਼ਾਹਬਾਜ ਤੂੰ ਪੁੱਛੇ ਖਾਜਾ ਅਜਮੇਰੀ ਤੂੰ ਸੈਵਨ ਦੇ ਸ਼ਾਹਬਾਜ ਤੂੰ ਪੁੱਛੇ ਬਦਲ ਕਲੰਦਰ ਬੋਲਿਆ ਜ਼ੁਬਾਨ ਅਲੀ ਜਿਹਾ ਕੋਈ ਨਹੀਂ ਸਾਰੇ ਅਕਸੋ ਬਾਈ ਵਲੀਆਂ ਦੀਆਂ ਗੱਲਾਂ ਸੁਣਾਈਆਂ ਨੇ ਦਰਿਆਵਾਂ ਦੀਆਂ ਖੁਸ਼ਕੀ ਦੀਆਂ ਚੰਦ ਦੀਆਂ ਸੂਰਜ ਦੀਆਂ ਅਤੇ ਅੱਲਾ ਕਿਤਾਬਾਂ ਕਿਤਨੀਆਂ ਨਾਜ਼ਿਲ ਫਰਮਾਈਆਂ ਚਾਰ ਜਿਹੜੇ ਪਿੱਛੇ ਬੈਠੇ ਚੁੱਪ ਕਰ ਗਏ ਸਾਢੇ ਚਾਰ ਹਨ ਬਾਈ ਚਾਰ ਹਨ ਨਾ ਤੌਰਾਤ ਜ਼ਬੂਰ ਇੰਜੀਲ ਕੁਰਾਨ ਚਵਾਂ ਕਿਤਾਬਾਂ ਦੀਆਂ ਪ੍ਰੋਫੈਸਰਾਂ ਨੂੰ ਛੱਡਿਆ ਚਵਾਂ ਕਿਤਾਬਾਂ ਦੀਆਂ ਲੈਕਚਰਾਰਾਂ ਨੂੰ ਛੱਡਿਆ
ਚਲਾ ਕਿਤਾਬਾਂ ਦੇ ਹਾਫਜ਼ਾਂ ਨੂੰ ਬੁਲਾਇਆ, ਚਲਾ ਕਿਤਾਬਾਂ ਦੇ ਕਾਰੀਆਂ ਨੂੰ ਬੁਲਾਇਆ। ਮੈਂ ਆਖਿਆ ਤੁਹਾਡੀ ਜ਼ਿੰਦਗੀ ਗੁਜ਼ਰ ਗਈ ਹੈ ਰਿਸਰਚ ਕਰਨ ਦੇ, ਲਾ ਲੀਸਨ ਕਰੋੜ ਦੇ ਲੋਕ ਬੜੇ ਸਿਆਣੇ ਲੋਕ, ਇਹਨ ਮਤਾਂ ਦੱਸੋ ਮੁਹੰਮਦ ਤੋਂ ਬਾਅਦ ਕੋਈ ਅਲੀ ਜਿਹਾ ਡਿੱਠਾ ਉਹਨੇ? ਉਹਨਾਂ ਆਖਿਆ ਲੋੜ ਕੇ ਪੈ ਗਈ। ਮੈਂ ਆਖਿਆ ਮੈਂ ਤਾਂ ਪੁੱਛਬਾਨ। ਉਹਨਾਂ ਜਿਹੜਾ ਜਵਾਬ ਦਿੱਤੇ ਸਾਰੇ ਕਾਰੀ ਪ੍ਰੋਫੈਸਰ ਲੈਕਚਰਾਰ ਇਕੱਠੇ ਹੋ ਗਏ, ਜਿਹੜਾ ਉਹਨਾਂ ਜਵਾਬ ਦਿੱਤੇ ਤੁਹਾਨੂੰ ਪਿਆ ਸੁਣਵਾਏ ਨਾ। ਸਾਰੇ ਮਜ਼ਬ ਸਾਰੇ ਮਜ਼ਬ ਦੇ ਉਲਮਾਵਾਂ ਕੁਲ ਤੌਰਾਤ ਜ਼ਬੂਰੀਅਤ ਇਲ ਬੜੀ ਤਵਜੋ ਸਿਪਾਰੇ ਫੋਲ ਕੇ ਵੇਖ ਉਹ ਬੋਲਿਆ ਪਾਕ ਕੁਰਾਨ ਲੀਜਿਆ ਕੋਈ ਮਿਲ ਕੇ ਨਾਰਾ ਹੈਦਰੀ ਬਕਾਇਆ ਕਸੀਦੇ 5 ਅਕਤੂਬਰ ਨੂੰ ਸਰਗਾਣੀ ਬਹਾਵਲ ਖਾਨ ਦੇ ਕੋਲ। ਇੱਕ ਸਲਵਾਤ ਪੜੋ ਮੇਰੇ ਹੁਸੈਨ ਜੀ ਦਾ, ਸਲਵਾਤ ਸਾਰੇ ਪੜੋ ਮੇਰੇ ਹੁਸੈਨ ਦੀ ਦਾ। ਅਸਾਂ ਸਿੱਧਿਆਂ ਸਾਧਿਆਂ ਬੰਦਿਆਂ ਨੂੰ, 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 ਅਸਾਂ ਸਿੱਧਿਆਂ ਸਾਧਿਆਂ ਬੰਦਿਆਂ ਨੂੰ। ਦਿਲ ਨਾਲ ਅਮੀਰ ਦਲਾਂ ਤੇਰੀ ਬੈ ਜਹਾਨ ਦੇ ਨਾਲ ਨਿਭੇ, ਸਾਨੂੰ ਪੰਜਾਂ ਦੇ ਨਾਲ ਨਿਭਾ ਦੇ। ਉਹਦਾ ਪਿਆ ਬਹੁ ਜਸ਼ਨ ਮਨਾਏ ਨੀ, ਸ਼ਾਮ ਦੇ ਵਿੱਚ ਮੈਡਾ ਅਕਬਰ ਕਤਲ ਕਰਾ ਕੇ। ਕਿਆ ਇਵੇਂ ਲੋਕ ਕਰੇ ਦੇ ਹਨ ਮਹਿਮਾਨ ਨੂੰ ਘਰ ਬੁਲਾ। ਖੜੀ ਜਾਣੇ ਸੀ ਮੈਂ ਨਾ ਕਰਾਂ, ਮੈਂ ਨਾ ਕਰਾਂ। ਸਯਦਾ ਦਾ ਬਹੁ ਜਸ਼ਨ ਮਨਾਨੀ, ਸ਼ਾਮ ਦੇ ਵਿੱਚ ਓ ਮੈਡਾ ਅਕਬਰ ਕਤਲ ਕਰਾ ਕੇ। ਉਹ ਕਿਆ ਇਵੇਂ ਲੋਕ ਕਰੇ ਦੇ ਹਨ ਮਹਿਮਾਨ ਨੂੰ ਘਰ ਬੁਲਾ। ਉਹਦਾ ਪਿਆ ਬਹੁ ਜਸ਼ਨ ਮਨਾਏ ਨੀ, ਸ਼ਾਮ ਦੇ ਵਿੱਚ ਮੈਡਾ ਅਕਬਰ ਕਤਲ ਕਰਾ ਕੇ। ਉਹ ਕਿਆ ਇਵੇਂ ਲੋਕ ਕਰੇ ਦੇ ਹਨ ਮਹਿਮਾਨ ਨੂੰ ਘਰ। ਯਾਰ ਤੁਸੀਂ ਵਸਦੇ ਰਹੋ, ਉਹਦਾ ਪਿਆ ਬਹੁ ਜਸ਼ਨ ਮਨਾਏ ਨੀ, ਸ਼ਾਮ ਦੇ ਵਿੱਚ ਉਹ ਮੈਡਾ ਅਕਬਰ ਕਤਲ ਕਰਾ ਕੇ। ਉਹ ਕਿਆ ਇਵੇਂ ਲੋਕ ਕਰੇ ਦੇ ਹਨ ਮਹਿਮਾਨ ਨੂੰ ਘਰ ਬੁਲਾ ਕੇ।
ਖੜੀਆਂ ਦੇ ਮਸੱਲੇ ਤੇ ਬਾਕਰ ਨੂੰ ਸਮਾਈ ਬੈਠੇ। ਮੈਂ ਨਾ ਕਰਾਂ ਫਿਰ ਪੜਦਾ, ਲੇਕਿਨ ਇੱਕ ਗੱਲ ਸੁਣ ਲਓ, ਪੂਰਾ ਬੰਦ ਪੜਦਾ ਬਾਬਾ, ਮੈਂ ਨੌਕਰਾਂ ਪੜਦਾ, ਲੇਕਿਨ ਇੱਕ ਗੱਲ ਸੁਣ ਲਓ, ਕੜੀਆਂ ਦੇ ਮਸੱਲੇ ਤੇ ਬਾਕਰ ਨੂੰ ਸਮਾਈ ਬੈਠੇ, ਆਪਣੀਆਂ ਕੜੀਆਂ ਦੀ ਟੇਕ ਤੇ ਆਪਣੀ ਬਰਬਾਦੀ ਦਾ ਹਿਸਾਬ ਪਿਆ ਕਰੇਂਦਾ। ਕਈ ਕਈ ਵੇਲੇ ਆਦੇ ਲਾ, ਮੈਂ ਅਕਬਰ ਨੂੰ ਭੁੱਲਵੈ ਸਾਂ, ਪਿਓ ਨੂੰ ਭੁੱਲਵੈ ਸਾਂ, ਚਾਚੇ ਨੂੰ ਭੁੱਲਵੈ ਸਾਂ, ਜਿਹੜੀ ਮੇਰੀ ਮਾਂ ਬਦਮਾਸ਼ਾਹੀ ਟੁਰਦੀ ਰਹੀ। ਸੱਜਾਦ ਮੈਂ ਨਾ ਕਰਾਂ, ਸੱਜਾਦ ਨਾ ਭੁੱਲ ਸਕਸੀ, ਸੱਜਾਦਾ ਤੇ ਜਿਹੜੀ ਮਾਂ ਬਦਮਾਸ਼ਾਂ ਦੇ ਬਾਜ਼ਾਰ ਚ ਟੁਰੀ, ਸੱਜਾਦ ਨਾ ਭੁਲਾ ਸਕਸੀ। ਇਹ ਜ਼ਾਲਿਮਾ ਦੇ ਸੱਜਾਦ ਵਤਨ ਵੱਲ ਵੱਲ ਬਿਮਾਰ ਦੀ ਰਤ ਵਧੀ, ਯਾਦ ਹੈ ਖੁਸ਼ ਹੋਵੇ ਸੱਜਾਦਾ ਦੇ ਬਹੁ ਜਸ਼ਨ ਮਨਾਏ ਨੀ, ਸ਼ਾਮ ਦੇ ਵਿੱਚ ਮੇਰਾ ਅਕਬਰ ਕਤਲ ਕਰਾ ਕੇ, ਉਹ ਕਿਆ ਇਵੇਂ ਲੋਕ ਕਰੇ ਦੇ ਮਹਿਮਾਨ ਨੂੰ ਕਰੇ ਬੁਲੇ। ਯਾਰ ਜੀ ਨੇ ਜੋਰੀ ਪੁੱਤਰ ਨਹੀਂ ਦੁਆ ਮੰਗ ਲਿਆ, ਸੱਜਾਦਾ ਦੇ ਬਹੁ ਜਸ਼ਨ ਮਨਾਏ ਨੀ, ਸ਼ਾਮ ਦੇ ਵਿੱਚ ਮੇਰਾ ਅਕਬਰ ਕਤਲ ਕਰਾ ਕੇ, ਉਹ ਕਿਆ ਇਵੇਂ ਲੋਕ ਕਰੇ ਦੇ ਮਹਿਮਾਨ ਨੂੰ ਘਰ। ਅਗਲੀ ਗੱਲ ਸੁਣਾਏ ਬਾਈ, ਸੱਜਾਦਾ ਦੇ ਬਾਜੀ ਬਾਬਾ ਫੇੜ ਦਾ ਦਾਜ ਲੁੱਟ ਆਈ, ਮੇਰੀ ਮਾਂ ਦੀ ਨਸਲ ਮੁਕਾ ਕੇ, ਉਹ ਕਿਆ ਮਿਲੀ ਆਈ, ਸ਼ਾਮ ਦੀਆਂ ਗਲੀਆਂ ਵਿੱਚ ਹੁੰਦਾ ਜ਼ਖਮੀ ਮਈਅਤ। ਸੱਜਾਦਾ ਦੇ ਮੇਰੀ ਮਾਂ ਤਾਂ ਮਰ ਗਈ ਆਈ, ਮੈਂ ਨਾ ਕਰਾਂ, ਮੈਂ ਨਾ ਕਰਾਂ, ਮੈਂ ਨਾ ਕਰਾਂ। ਸੱਜਾਦਾ ਦੇ ਬਹੁ ਜਸ਼ਨ ਮਨਾਏ ਨੀ, ਸ਼ਾਮ ਦੇ ਵਿੱਚ ਮੈਂ ਅਕਬਰ ਕਤਲ ਕਰਾ ਕੇ, ਉਹ ਕਿਆ ਵੀਵੇ ਲੋਕ ਕਰੇ ਦੇ ਮਹਿਮਾਨ ਨੂੰ ਘਰ ਬੋਲੇ। ਮੈਂ ਮਾਫ਼ੀ ਚਾਹੁੰਦਾ, ਇੱਕ ਬਾਣੀ ਸੁਣ ਲਓ, ਸੱਜਾਦਾ ਦਾ ਪੱਗ ਦਾ ਮਾਲਿਕ ਮੈਂ ਆਉਂ, ਲੇਕਿਨ ਖੂਨ ਦਾ ਫੈਸਲਾ ਉਸ ਕਰਨਾ ਹੈ, ਜਾਂਦੀ ਕੰਡ ਜ਼ਖਮੀ। ਜਾ ਜਿੰਦਾ ਹੁਣ ਦੇ ਬੂਹੇ ਤੇ ਆ ਗਿਆ, ਤੇ ਅੰਮਾ ਮੁਬਾਰਕ ਕੋ ਵੀ ਕੈਦਾਂ ਛੁੱਟ ਗਈਆਂ ਨੀ, ਸੱਜਾਦਾ ਦੀ ਜ਼ਮੀਨ ਤੇ ਜਣੀਏ ਤਲੀਆਂ ਮਲੀਆਂ, ਸੱਜਾਦਾ ਦੇ ਖੁਸ਼ ਹੋਇਆ ਕੈਦਾਂ ਛੁੱਟ ਗਈਆਂ ਨੀ, ਮੇਰੀ ਸੈਰਾ ਦੀ ਕੈਦ ਤਾਂ ਛੁੱਟਦੀ ਆਈ, ਜੀਦਿਆ ਦੀ ਮੈਂ ਡਾਵੀ ਦੀ ਮਰ ਗਈ ਆ। ਓਏ ਵੀਰ ਗਰੀਬ ਦੀ ਉਲਫਤ ਆਈ ਬਾਜ਼ਾਰ ਚ ਰੁਲਦੀ, ਮਾਤਮ ਕਰੋ ਜਾਂ ਸਾਰੇ ਮਤਲਬ ਜਿਹਨਾਂ ਦੇ ਸੀਨੇ ਦੇ ਉੱਤੇ ਮਾਤਮ ਲੱਗ।
ਦੀ ਇੱਕ ਦਿੱਤਾ ਛੁੱਟਦੀ ਜੀਤਿਆ ਦੀ ਮੈਡਾਵੀ ਦੀ ਮਰ ਗਈਆਂ ਓਏ ਵੀਰ ਗਰੀਬ ਦੀ ਉਲਫਤਿਆ ਹੀ ਬਾਜ਼ਾਰ ਜੀ ਆਗਾ ਜੀ ਮੈਂ ਨਾ ਕਰਾਂ ਮੇਰੀ ਸੈਣਾ ਦੀ ਇੱਕ ਦਿੱਤਾ ਛੁੱਟਦੀ ਆਈ ਜੀਤਿਆ ਦੀ ਮੈਡਾਵੀ ਦੀ ਮਰ ਗਈਆਂ ਓਏ ਵੀਰ ਗਰੀਬ ਦੀ ਉਲਫਤਿਆ ਹੀ ਬਾਜ਼ਾਰ ਆਗਾ ਜੀ ਇੱਕ ਜੁਮਲਾ ਪੜਨ ਲਗਾ ਭਾਈ ਨਵਾਬ ਮੇਰੀ ਸੈਣਾ ਦੀ ਮੈਂ ਕੋ ਭੁੱਲ ਗਈ ਮੌਤ ਬਦਮਾਸ਼ ਦੇ ਮਜਮੇ ਤੂੰ ਇੱਕੋ ਚਾਦਰ ਮੰਗਦੀ ਹੱਥ ਮਾਰ ਗਿਆ ਕੋ ਮਰ ਗਈ ਹੋਇਆ ਸ਼ਾਮ ਨਾ ਵੰਜਿਆ ਬਦਮਾਸ਼ ਦੇ ਮਜਮੇ ਤੂੰ ਇੱਕੋ ਚਾਦਰ ਯਾਰ ਸਾਰੇ ਮਾਤਮ ਕਰੋ ਬੀਬੀਆਂ ਦੀਆਂ ਮਰ ਵਈਆਂ ਮੈਂ ਸ਼ਾਮ ਨਾਵਾ ਜਿੰਦੇ ਰਹੋ ਬੜਾ ਸਫ਼ਰ ਕਰਕੇ ਆਈਏ ਬੀਬੀ ਮੈਂ ਹੁਣ ਮਜ਼ਮੂਨ ਦਾ ਵਕਤ ਨਹੀਂ ਹਾਂ ਲੱਖ ਵਾਰੀ ਆਖ ਸਹੀ ਅਸਾਂ ਤਾਂ ਘਰ ਬੈਠੇ ਹਾਂ ਬਾਬਾ ਤੇ ਜਿਹੜੀ ਇੱਥੋਂ ਤੁਰ ਕੇ ਹੁਣ ਸ਼ਾਮ ਵੱਲ ਵੈਸੀ ਲੱਖ ਵਾਰੀ ਆਖਾਂ ਇਹ ਕਨਾਤੀ ਵਾਸਤੇ ਲਏ ਨੇ ਜਵਾਬ ਫਿਰਾ ਦੇ ਮੁਕਾਨ ਚੱਲ ਬੀਬੀ ਤੈਨੂੰ ਲਫ਼ਜ਼ ਪੜਦਾ ਮੈਂ ਨਾ ਕਰੇ ਪੜੇ ਨਾ ਕਹਿਣ ਤੇ ਤਨਕੀਦ ਈਮਾਨ ਅਕੀਦੇ ਦੀ ਬਾਤ ਹੈ ਹਯਾਤ ਦੇ ਅੰਦਰ ਪੜਦਾ ਲਾਨਾ ਬਾਦ ਫਿਰਾ ਦੇ ਸਰਕਾਰ ਜਨਾਬ ਸੱਜਾਦ ਅਜਰ ਰਿਸਾਲਤ ਮੁਸਲਮਾਨਾਂ ਦਿੱਤਾ ਉਹਦੀ ਰਕਮ ਜਮ੍ਹਾਂ ਥਈ ਉਹਦੇ ਜ਼ੇਵਰ ਬਣਾਏ ਹੁਸੈਨ ਦੇ ਬੱਚੜੇ ਦੇ ਹਵਾਲੇ ਕੀਤੇ ਕਿ ਤਕਸੀਮ ਕਰੋ ਸ਼ਾਮ ਦੇ ਬਾਰੋ ਰਾਤ ਨਹੀਂ ਰੁਨਾ।